ਲੇਟੈਸਟ ਪ੍ਰੈਪਰੇਸ਼ਨ ਕਰਦੀ ਨੂੰ 2018 ਦੇ ਵਿੱਚ ਮੇਰੀ ਲੋਅ ਕੰਪਲੀਟ ਹੋਈ ਸੀ ਅਤੇ ਕਾਫੀ ਸਟਰਗਲ ਰਿਹਾ ਹੈਗਾ। ਇਹ ਮੇਰੀ ਸੈਕਿੰਡ ਅਟੈਂਪਟ ਸੀ ਹਰਿਆਣੇ ਦਾ, ਅਤੇ ਮੰਮਾ ਡੈਡੀ ਨੇ ਮੇਰੀ ਭੈਣਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤਾ ਹੈਗਾ। ਇਹਨਾਂ ਦੀ ਸਪੋਰਟ ਤੋਂ ਬਿਨਾਂ ਤਾਂ ਮੈਂ ਕੁਛ ਵੀ ਨਹੀਂ ਹੈਗੀ ਸੀ। ਅਤੇ ਮੇਰੇ ਮੰਮਾ 5 ਪੜ੍ਹੇ ਹੋਏ ਹੈ, ਡੈਡੀ 8 ਪੜ੍ਹੇ ਹੋਏ, ਫਿਰ ਵੀ ਉਹਨਾਂ ਨੇ ਇੰਨਾ ਜ਼ਿਆਦਾ ਸੋਚਿਆ ਮੇਰੇ ਬਾਰੇ ਵੀ ਉਹਨਾਂ ਨੇ ਕੀਤਾ ਹੈਗਾ ਬਹੁਤ ਜ਼ਿਆਦਾ। ਡੈਡੀ ਕਿਸਾਨ ਨੇ, ਮੰਮਾ ਹਾਊਸ ਵਾਈਫ ਨੇ, ਦੋਨੇ ਭੈਣਾਂ ਨੇ ਬਹੁਤ ਸਪੋਰਟ ਕੀਤਾ। ਕਿੰਨੇ ਘੰਟੇ ਦੀ ਸਟੱਡੀ ਹੁੰਦੀ ਸੀ, ਪੂਰਾ ਕਿਸ ਤਰ੍ਹਾਂ ਦੀ? ਹਾਂਜੀ, ਮੈਂ 13 ਤੋਂ 14 ਘੰਟੇ ਰੋਜ਼ ਪੜ੍ਹਦੀ ਸੀ, ਅਤੇ ਕੰਸਿਸਟੈਂਸੀ ਰਹਿੰਦੀ ਸੀ, ਹਮੇਸ਼ਾ ਰੋਜ਼ ਪੜ੍ਹਨਾ ਹੀ ਪੜ੍ਹਨਾ ਹੈਗਾ। ਮਤਲਬ ਤੁਸੀਂ ਇਹ ਕਹਿ ਲਓ ਕਿ ਜੇ ਨਹੀਂ ਪੜ੍ਹਦੀ ਸੀ ਫਿਰ ਇੱਦਾਂ ਲੱਗਦਾ ਵੀ ਪਤਾ ਨਹੀਂ ਅੱਜ ਕੁਛ ਮਿਸਿੰਗ ਹੈ ਦਿਨ 'ਚੋਂ, ਅਤੇ ਰੋਜ਼ ਦਾ ਹੈਗਾ ਸੀ। 4 ਸਾਲ ਲਗਾਤਾਰ ਮੈਂ ਤਿਆਰੀ ਕੀਤੀ। ਇਸ ਸਫਲਤਾ ਦੇ ਲਈ ਤੁਸੀਂ ਕਿਸ ਨੂੰ ਸ਼੍ਰੇਅ ਦਿੰਦੇ ਹੋ? ਸਭ ਤੋਂ ਪਹਿਲਾਂ ਮੈਂ ਸਤਿਗੁਰੂ ਦਲੀਪ ਸਿੰਘ ਜੀ, ਨਾਮਧਾਰੀ ਪਰਿਵਾਰ ਤੋਂ ਮੈਂ, ਅਤੇ ਉਹਨਾਂ ਨੂੰ ਸਭ ਤੋਂ ਪਹਿਲਾਂ ਮੈਂ ਦਵਾਂਗੀ, ਅਤੇ ਉਸ ਤੋਂ ਬਾਅਦ ਮੇਰੇ ਪਰਿਵਾਰ ਨੂੰ, ਅਤੇ ਗੁਰਿੰਦਰਪਾਲ ਸਰ ਹੈਗੇ ਆ ਚੰਡੀਗੜ੍ਹ, ਜਿਨ੍ਹਾਂ ਨੇ ਮੈਨੂੰ ਫ੍ਰੀ ਕੋਚਿੰਗ ਦਿੱਤੀ ਹੈਗੀ। 1.5 ਸਾਲ ਮੈਂ ਉੱਥੇ ਸਟੱਡੀ ਕੀਤੀ ਹੈਗੀ ਉਹਨਾਂ ਕੋਲ ਰਹਿ ਕੇ, ਅਤੇ ਫ੍ਰੀ ਕੋਚਿੰਗ ਦਿੱਤੀ ਉਹਨਾਂ ਨੇ। ਗੁਰਿੰਦਰਪਾਲ ਸਰ ਫੋਰਮਰ ਉਹ ਪੰਜਾਬ ਐਂਡ ਹਰਿਆਣਾ ਹਾਈ ਕੋਰਟ 'ਚ ਚੇਅਰਮੈਨ ਰਹੇ ਹੈਗੇ ਆ, ਅਤੇ ਉਹਨਾਂ ਨੂੰ ਸਾਰਾ ਕ੍ਰੈਡਿਟ ਜਾਂਦਾ। ਬਾਕੀ ਸਾਰਿਆਂ ਦੀ ਦੁਆਵਾਂ ਦੇ ਨਾਲ ਸਾਰਿਆਂ ਨੇ ਬਹੁਤ ਜ਼ਿਆਦਾ ਸਹਿਯੋਗ ਦਿੱਤਾ, ਪੂਰੇ ਪਰਿਵਾਰ ਨੇ। ਕਾਲਜ ਵੱਲੋਂ ਕਿਸ ਤਰ੍ਹਾਂ ਦੀ ਸਪੋਰਟ ਰਹੀ, ਅਧਿਆਪਕ ਕਿੰਨਾ ਕੁ ਸਹਿਯੋਗ ਕਰਦੇ ਰਹੇ? ਹਾਂਜੀ, ਕਾਲਜ ਦੇ ਵਿੱਚ ਸ਼ਰਮਾ ਸਰ ਹੈ, SC ਸ਼ਰਮਾ ਡਾਇਰੈਕਟਰ ਹੈਗੇ ਆ ਸੇਂਟ ਸੋਲਜੋ ਲਾਅ ਕਾਲਜ ਦੇ। ਉਹਨਾਂ ਨੇ ਬਹੁਤ ਜ਼ਿਆਦਾ ਸਪੋਰਟ ਕੀਤੀ। ਉਹ ਸਾਡਾ ਲੈਕਚਰ ਇੱਕ ਹੁੰਦਾ ਸੀ ਜੀਰੋ ਲੈਕਚਰ, ਉਹਦੇ ਵਿੱਚ ਸ਼ੁਰੂ ਤੋਂ 5 ਈਅਰ ਤੋਂ ਹੀ, ਮਤਲਬ ਫਸਟ ਈਅਰ ਤੋਂ ਹੀ ਉਹਨਾਂ ਨੇ ਸਾਡੀ ਸਟਾਰਟ ਕਰਵਾਤੀ ਸੀ ਤਿਆਰੀ। ਅਤੇ ਕਾਲਜ ਤੋਂ ਹੀ ਮੈਨੂੰ ਉਹਨਾਂ ਨੇ, ਮਤਲਬ ਉਹਨਾਂ ਨੇ ਮੋਟੀਵੇਟ ਕੀਤਾ, ਉਹਨਾਂ ਨੇ ਮਤਲਬ ਇੱਕ ਸੁਪਨਾ ਉਹਨਾਂ ਨੇ ਦਿਖਾਇਆ ਹੈਗਾ। ਸ਼ਰਮਾ ਸਰ ਹੈਗੇ ਡਾਇਰੈਕਟਰ ਆਫ ਸੇਂਟ ਸੋਲਜੋ ਲਾਅ ਕਾਲਜ ਜਲੰਧਰ। ਉਹ ਇੱਕ ਲੈਕਚਰ ਸਪੈਸ਼ਲ ਲਗਾਉਂਦੇ ਹੁੰਦੇ ਸੀ ਜੁਡੀਸ਼ਰੀ ਦੀ ਕਲਾਸ ਦਾ, ਅਤੇ ਉਹ ਬਹੁਤ ਜ਼ਿਆਦਾ ਮੇਰੀ ਹੈਲਪ ਹੋਈ ਉਸ ਚੀਜ਼ ਨਾਲ। ਹੁਣ ਬਸ ਆਪਣੀ ਇਮਾਨਦਾਰੀ ਦੇ ਨਾਲ ਆਪਣੀ ਡਿਊਟੀ ਜਿਹੜੀ ਵੀ ਹੈਗੀ ਹੈ ਉਹਨੂੰ ਨਿਭਾਉਣਾ ਹੈਗਾ, ਅਤੇ ਬਸ ਇਹੀ ਹੈਗਾ। ਕਿਸ ਤਰ੍ਹਾਂ ਦਾ ਮਹਿਸੂਸ ਹੋਇਆ ਜਦੋਂ ਬੇਟੀ ਦੀ ਅਟੈਂਪਟ ਕੀਤਾ ਔਰ ਉਸ ਤੋਂ ਬਾਅਦ ਜਦੋਂ ਇਹ ਸਭ ਪਤਾ ਲੱਗਾ? ਬਹੁਤ ਵਧੀਆ ਲੱਗਾ। ਹਾਂਜੀ, ਕਿਸ ਤਰ੍ਹਾਂ ਦਾ ਸਹਿਯੋਗ ਰਹਿੰਦਾ ਸੀ ਇੱਕ ਮਦਰ ਹੋਣ ਦੇ ਨਾਤੇ, ਕਿਸ ਤਰ੍ਹਾਂ ਦਾ? ਪੂਰੀ ਬਹੁਤ ਮਾਣ ਮਹਿਸੂਸ ਹੁੰਦਾ ਸੀ ਜਦੋਂ ਸਟੱਡੀ ਕਰ ਰਹੀ ਸੀ, ਤੇ ਕਿਸ ਤਰ੍ਹਾਂ ਦਾ ਸਹਿਯੋਗ ਪਰਿਵਾਰ ਵੱਲੋਂ ਜਿਹੜੇ ਦਿੱਤਾ ਜਾਂਦਾ ਸੀ? ਖਾਣ ਪੀਣ ਨੂੰ ਤੇ ਬਹੁਤ ਖਿਆਲ ਉਦਾਂ ਰੱਖੀਦਾ ਸੀ ਇਹਨਾਂ ਦਾ, ਤੇ ਕੰਮ ਤੇ ਬਿਲਕੁਲ ਦੱਸੀਦਾ ਹੀ ਨਹੀਂ ਇਹਨਾਂ ਨੂੰ। ਬਹੁਤ ਚੰਗਾ ਲੱਗਾ ਜੀ, ਸਾਡੀ ਬੱਚੀ ਨੇ ਸਫਲਤਾ ਪ੍ਰਾਪਤ ਕੀਤੀ ਅਤੇ ਸਾਨੂੰ ਬਹੁਤ ਖੁਸ਼ੀ ਹੋਈ। ਅਤੇ ਜਿਹੜੇ ਵੇਲੇ ਇਹਨੇ ਦੱਸਿਆ 7:30 ਦਾ ਟਾਈਮ ਸੀ, ਅਤੇ ਸਾਨੂੰ ਬਹੁਤ ਚਾਅ ਚੜਿਆ ਪੂਰੇ ਪਰਿਵਾਰ 'ਚ। ਤਾਂ ਇੱਦਾਂ ਲੱਗਾ ਜੀ, ਜਿਹਨੇ ਵੀ ਸੁਣਿਆ ਉਹ ਕੋਈ ਭੰਗੜਾ ਪਾਉਂਦਾ ਸੀ, ਕੋਈ ਢੋਲ ਵਜਾਉਣ, ਢੋਲੀ ਵੀ ਲਿਆਉਂਦਾ, ਪਟਾਕੇ ਵੀ ਲਿਆਉਂਦੇ। ਬਹੁਤ ਖੁਸ਼ੀ ਕੀਤੀ ਅਤੇ ਸਾਰੇ ਪਰਿਵਾਰ ਨੇ, ਭਰਾਵਾਂ ਨੇ, ਚਾਚਿਆਂ ਤਾਇਆਂ ਨੇ, ਸਾਰਿਆਂ ਨੇ, ਬੜਾ ਖੁਸ਼ੀ ਦਾ ਮਾਹੌਲ ਸੀ। 12 ਵਜੇ ਤੱਕ ਤਾਂ ਅਸੀਂ ਲੱਗੇ ਰਹੇ ਇਸੇ ਕੰਮ, ਭੰਗੜੇ ਖੁਸ਼ੀਆਂ ਦੇ ਵਿੱਚ, ਅਤੇ ਪਰਮਾਤਮਾ ਨੇ ਬੜੀ ਕਿਰਪਾ ਕੀਤੀ। ਲੋਕਾਂ ਵਾਸਤੇ ਇਹ ਦੇਣਾ ਚਾਹੁੰਦੇ ਹਾਂ ਵੀ ਬੱਚਿਆਂ ਨੂੰ ਪੜ੍ਹਾਉਣਾ ਚਾਹੀਦਾ ਜੀ, ਪੜ੍ਹਾਓ ਲਿਖਾਓ ਅਤੇ ਇਹਨਾਂ 'ਤੇ ਮਾਣ ਕਰੋ, ਅਤੇ ਇਹ ਤੁਹਾਡਾ ਸਾਥ ਦੇਣਗੇ ਬੱਚੇ। ਅਤੇ ਮੇਰਾ ਇਹ ਨਹੀਂ ਕਹਿਣਾ ਵੀ ਇਹ ਬੱਚੀਆਂ ਨੇ ਅਤੇ ਇਹਨਾਂ ਨੂੰ ਪੜ੍ਹਾਉਣਾ ਨਹੀਂ ਅਤੇ ਵਿਆਹ ਦੀ ਕਰੋ, ਇਸ ਕਰਕੇ ਇਹਨਾਂ ਨੂੰ ਪਹਿਲਾਂ ਸਿੱਖਿਆ ਦਿਓ, ਇਹ ਮਤਲਬ ਸਫਲਤਾ ਕੋਈ ਹਾਸਲ ਕਰਨ ਅਤੇ ਇਹਨਾਂ ਨੂੰ ਫਿਰ ਵਿਆਹਣਾ ਚਾਹੀਦਾ।